ਕੀ ਲੱਗਦਾ ਤੁਹਾਡਾ? ਮੇਰਾ ਭਰਾ ਨਿੱਕਾ ਸਭ ਤੋਂ। ਕੀ ਨਾਮ ਦਾ? ਉਹਦਾ ਸੁਖਵਿੰਦਰ ਸਿੰਘ। ਤੇ ਕੀ ਮਾਮਲਾ ਪੁਲਿਸ ਜਿਹੜੇ ਦੱਸਣ? ਪੁਲਿਸ ਤੇ ਨਜਾਜ ਬਣਾਈ ਜਾਂਦੀ ਜੋ ਕੋਈ ਲੈਣਾ ਦੇਣਾ ਨਹੀਂ ਨਾ ਕੋਈ ਕੰਮ। ਉਹ ਕੰਮ ਵਧੀਆ ਕਰਦਾ ਟਰੱਕ ਡਰਾਈਵਰ ਆ, ਮਿਹਨਤ ਆ। ਉਹ ਸਿਰਫ ਇੱਕੋ ਦੇਣੀ ਕੀਮਤ ਆ ਕਿਤੇ ਕੀ ਕਿਸੇ ਦੇ ਨਾਲ ਯਾਰ ਦੋਸਤ ਦੇ ਨਾਲ ਕਿਤੇ ਸ਼ਰਾਬ ਸ਼ਰੂ ਪੀਤੀ ਜੇ ਕਿਤੇ ਚਲ ਚੁਲ ਗਿਆ। ਬਾਕੀ ਇਹੋ ਜਿਹੇ ਕੰਮ ਨਹੀਂ ਕਰਦਾ, ਨਾ ਕੋਈ ਲੁੱਟ ਖੋਹ ਕਰਦਾ, ਨਾ ਚੰਗੀ ਰੋਟੀ ਖਾਣ ਦੇ, ਨਾ ਕੋਈ ਸਮਾਨ ਵੇਚਦਾ, ਨਾ ਚੰਗੀ ਰੋਟੀ ਖਾਣ ਦਿਆ। ਅਤੇ ਪੁਲਿਸ ਨੇ ਨਜਾਇਜ਼ ਹੀ ਇਹ ਧੱਕਾ ਕਰਨ ਦੀ ਜੋ ਸਾਡੇ ਨਾਲ ਗਰੀਬਾਂ ਨਾਲ। ਕੋਈ ਨਾ ਕੋਈ ਲੈਣਾ ਜਾਂ ਨਾ ਕੋਈ ਦੇਣਾ ਜੋ ਕਿਸੇ ਦਾ ਕੋਈ। ਪਰ ਇਹ ਪੁਲਿਸ ਕਹਿ ਰਹੀ ਆ ਕਿ ਇਹਨਾਂ ਨੇ ਫੜਿਆ, ਇਹਨੇ ਫਰੋਤੀਆਂ ਦੀ ਮੰਗ ਕਰਦਾ, ਲੰਡੇ ਦਾ ਸਾਨੂੰ ਨਾ 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 ਭਾਜੀ, ਇਹ ਐਡੀ ਦੂਰ ਤੱਕ ਜਾ ਨਹੀਂ ਸਕਦਾ। ਜਿਹੜਾ ਮਿਹਨਤ ਕਰਨ ਵਾਲਾ ਹੋਵੇ ਉਹ ਵੁੰਡ ਪੰਗੇ 'ਚ ਕੱਦ ਲਈ ਪੈਣਾ। ਸਾਨੂੰ ਕੀ ਕਾਹਦਾ ਚਾਹੀਦਾ ਕੁਛ? ਸਾਡੇ ਕੋਲ ਸਾਰਾ ਕੁਛ ਹੈਗਾ, ਮਿਹਨਤ ਕਰਦੇ ਹਾਂ, ਕੰਮ ਕਰਦੇ ਹਾਂ ਅਸੀਂ। ਕਿੰਨੇ ਚਾਰੇ ਭਰਾ ਜੀ? ਕਿੰਨੇ ਦਿਨ ਦਾ ਫੜਿਆ ਹੋਇਆ? ਇਹਨੂੰ 4 ਦਿਨ ਹੋ ਗਏ ਜੋ ਫੜੇ, ਇਹਨੂੰ ਤਾਂ ਨਾ ਕੋਈ 5 ਦਿਨ ਹੋ ਗਏ ਜੋ ਸੀਏ ਸਟਾਫ 'ਚ ਵੀ ਖੜਦੇ, ਛਿੱਤਰ ਵੀ ਇਹਨੂੰ ਰੋਜ਼ ਵਾਹੁੰਦੇ ਜੋ, ਅਤੇ ਨਜਾਇਜ਼ ਹੀ ਇੱਥੇ ਪਰਚੇ ਪਾਈ ਜਾਂਦੇ ਜੋ। ਕੀਮਤ ਕਿਹੜਾ ਉੱਤੋਂ ਫੋਨ ਕਰਕੇ ਇਹਨੂੰ ਗੱਲਾਂ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਕਿ ਇੱਥੇ ਆਹ ਵੀ ਕੰਮ ਕਰਦਾ, ਉਹ ਵੀ ਕੰਮ ਕਰਦਾ, ਕੋਈ ਇਹੋ ਜਿਹਾ ਕੰਮ ਗਲਤ ਕੰਮ ਨਹੀਂ ਕਰਦਾ ਕੋਈ ਵੀ। ਤੁਸੀਂ ਕੀ ਮੰਗ ਕਰਦੇ ਜੀ? ਮੰਗ ਸਾਡੀ ਇਹੋ ਹੀ ਆ ਕਿ ਸਾਨੂੰ ਇਨਸਾਫ ਚਾਹੀਦਾ ਆ। ਇਹ ਗਲਤ ਕਰਦੇ, ਹੁਣ ਸ਼ਾਮੀ ਅਸੀਂ ਰੋਟੀ ਦੇ ਕੇ ਆਏ ਜੋ ਉੱਥੇ ਇੱਥੇ ਸਦਰ ਥਾਣੇ 'ਚ, ਅਤੇ ਇਹ ਚੰਗਾ ਭਲਾ ਸੀ, ਅਤੇ ਸ਼ਾਮੀ ਇਹਨਾਂ ਨੇ ਹੁਣ ਇਹਨਾਂ ਨੇ ਬਣਾ ਤਾ ਕਿ ਇਹਦੇ ਗੋਲੀ ਮਾਰਤੀ, ਇਹਨਾਂ ਨੇ ਗਾੜੀਓ ਗੋਲੀ ਮਾਰੀ ਆ, ਲੱਤ 'ਚ ਇਹਨਾਂ ਨੇ ਗੋਲੀ ਮਾਰਤੀ ਜੋ ਆਪਣੇ ਕੋਲੋਂ ਬਣਾਉਂਦੇ ਜੋ, ਇਹ ਪਰਚੇ ਜੋ ਵੀ ਆਪਣੇ ਕੋਲੋਂ ਕਰਦੇ ਜੋ, ਕਿਉਂਕਿ ਅਸੀਂ ਹੁਣ ਇੱਡੀ ਦੂਰ ਤੱਕ ਪਹੁੰਚ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਪੈਸੇ ਵੀ ਹਿਸਾਬ ਨਾਲ ਹੀ, ਸਾਡੇ ਕੋਈ ਲੈਣ ਦੇਣ ਵੀ ਨਹੀਂ ਕੋਈ, ਅਸੀਂ ਅਤੇ ਨਾ ਕਿਸੇ ਨੂੰ ਇਹ ਅੰਦਰ ਵੜਨ ਦਿੰਦੇ ਜੋ। ਗਰੀਬ ਦੀ ਕੋਈ ਸੁਣਦੇ ਮੰਗ, ਸਾਡਾ ਇਨਸਾਫ ਚਾਹੀਦਾ ਭਾਅ ਜੀ ਸਾਨੂੰ, ਅਤੇ ਗਰੀਬ ਬੰਦੇ ਸਾਡੇ ਬੱਚੇ ਨੂੰ ਕੁਛ ਨਹੀਂ ਹੋਣਾ ਚਾਹੀਦਾ। ਜੇ ਸਾਡੇ ਬੱਚੇ ਨੂੰ ਕੁਛ ਵੀ, ਸਾਡੇ ਮੇਰੇ ਭਰਾ ਨੂੰ ਕੁਛ ਵੀ ਹੋ ਗਿਆ, ਤਾਂ ਮੁੜ ਕੇ ਅਸੀਂ ਸਾਰਾ ਕੋਈ ਆਪਣਾ ਘਰ ਪਰਿਵਾਰ ਵੀ ਸਾਰਾ ਸਤਰ ਉੱਥੇ ਸਾਰਾ ਕੋਈ ਆਗੂ ਕੀ ਲਾ ਦੇਣੀ ਜਾਂ ਮਰ ਜਾਣਾ ਜੀ। ਬਲਵਿੰਦਰ ਸਿੰਘ ਮੁਰਾਦਪੁਰੇ। ਕੀ ਗੱਲਬਾਤ ਹੋਈ ਹੈ? ਕੌਣ ਸੀ ਮੁੰਡਾ? ਇਹ ਮੁੰਡਾ ਮੇਰਾ ਕਾਕਾ ਜੀ, ਛੋਟਾ ਕਾਕਾ ਸਾਰਿਆਂ ਨੂੰ, ਸੁਖਵਿੰਦਰ ਸਿੰਘ ਕਾਕਾ, ਕਾਕਾ ਵੱਜਦਾ ਵਾ। ਸੁੱਤੇ ਪੈ ਨੂੰ ਇਹ ਚੁੱਕ ਕੇ ਲਿਆਏ ਆ, ਅਤੇ ਉਹ ਦੰਦਾ ਸਦਰੇ ਆ, ਪਹਿਲਾਂ ਉੱਥੇ ਸਟਾਫ ਖੜਦੇ ਰਹੇ ਆ, ਅਤੇ ਫਿਰ ਸਦਰੇ ਨਾ ਰੱਖਿਆ ਵਾ। ਹੁਣ ਦੁਪਹਿਰੇ 2 ਵਜੇ ਮੈਂ ਰੋਟੀ ਦੇ ਕੇ ਆਇਆ ਵਾਂ, ਕੋਈ ਗੱਲਬਾਤ ਨਹੀਂ, ਚੰਗਾ ਭਲਾ ਵਾ ਹੈਂ। ਅਤੇ ਇਹ ਬਣਾਉਣ ਡਿਆ ਡਰਾਮੇਬਾਜ਼ੀ ਕਰਨ ਡਿਆ ਪੁਲਿਸ 'ਤੇ, ਹਾਂਜੀ। ਅਤੇ ਇਹ ਗਾੜੀ ਹੁਣ ਤੁਸੀਂ ਹਿਸਾਬ ਲਾਓ ਵੀ ਕੀ ਇਹ ਹੋਣਾ ਚਾਹੀਦਾ, ਨਾ ਇਨਸਾਫੀ ਸਾਡੇ ਨਾਲ ਧੱਕਾ ਕਰਨ ਡਿਆ ਗਰੀਬਾਂ ਨਾਲ। ਹੈਂ, ਕਿਸ ਮਾਮਲੇ 'ਚ ਕਦੋਂ ਦਾ ਫੜਿਆ ਹੋਇਆ? ਹੈਂ, ਆਪ 5-4 ਦਿਨ ਹੋਏ, 4-5 ਜਣੇ, ਹਾਂਜੀ। ਇਹ ਤੇ ਮੇਰਾ 30 ਤਰੀਕ 29 ਤਰੀਕ ਦਾ ਵਾ, ਮੇਰੇ ਹਿਸਾਬ ਨਾਲ ਲਿਆਂਦਾ, ਮੰਗਲਵਾਰ ਦੀ ਗੱਲ ਆ। ਲੜਾਈ ਝਗੜਾ ਜੇ ਇਸ ਤਰ੍ਹਾਂ ਵੀ ਲੜਾਈ ਝਗੜੇ ਕੀ ਜੱਜੇ ਨਾਲ ਲੜਾਈ ਹੁੰਦੀ, ਜੱਜਾ ਗੋਲੀਆਂ ਘਰੇ ਮਾਰਦਾ ਰਿਹਾ ਅਤੇ ਇਹ ਇੱਟ ਵੱਟਾ ਮਾਰਦਾ ਰਿਹਾ ਕੋਠਿਆਂ ਤੋਂ। ਸਾਨੂੰ ਕੀ ਪਤਾ, ਕੁਛ ਨਹੀਂ ਮੰਗਦੀ, ਕੁਛ ਨਹੀਂ ਮੰਗਦੀ ਗੱਡੀ ਗੱਡੀ। ਕੀ ਮਾਮਲਾ ਸਾਰਾ ਜੋ ਲਿਖਣਗੇ? ਮਾਮਲਾ ਇਹ ਜੀ, 103 ਨੰਬਰ ਮੁਕੰਮਾ ਇੱਥੇ ਦਰਜ ਹੈ ਜੀ, ਅਤੇ ਇਹ ਲੋਕਾਂ ਕੋਲ ਫਰੋਟੀਆਂ ਮੰਗਦੇ ਨੇ, ਅਤੇ ਬਾਹਰੋਂ ਫੋਨ ਆਉਂਦੇ ਅਤੇ ਅੱਗੋਂ ਇਹ ਜਿੰਨਾ ਸੱਟਾ ਲੰਡਾ ਹੋ ਗਿਆ, ਹੋਰ ਇੱਕ ਜੋ ਹੈਗੇ ਗੈਸਲ ਹੋ ਗਿਆ, ਉਹ ਇਹਨਾਂ ਨੂੰ ਭੇਜ ਕੇ ਲੋਕਾਂ ਦੇ ਘਰਾਂ ਦੇ ਅੱਗੇ ਫਾਇਰਿੰਗ ਕਰਾਉਂਦੇ, ਅਤੇ ਲੋਕਾਂ ਨੂੰ ਡਰੈਸ਼ ਪਾ ਕੇ ਡਰਾ ਕੇ ਪੈਸੇ ਮੰਗਦੇ ਆ। ਉਹਦੇ 'ਚ ਸਾਡੇ ਕੋਲ ਮੁਕੱਦਮੇ 'ਚ ਅਰੈਸਟ ਸੀਗਾ, ਜਿਹਨੇ ਅੱਜ ਫਰਦੰਗ ਸਾਫ ਕੀਤਾ ਸੀਗਾ ਵੀ ਮੈਂ ਜਿਹੜਾ ਇਹਨਾਂ ਵਾਰਦਾਤਾਂ ਦੇ ਵਿੱਚ ਪਿਸਤੌਲ ਨਾਲ ਵਾਰਦਾਤਾਂ ਕੀਤੀਆਂ ਸੀ, ਉਹ ਮੈਂ ਭੁੱਲਰਾਂ ਨਹਿਰਾਂ ਦੇ ਉੱਥੇ ਲਕਾਸ਼ ਪਾ ਕੇ ਰੱਖੀਆਂ, ਜਿਹੜਾ ਮੈਂ ਜਾ ਕੇ ਤੁਹਾਨੂੰ ਪਛਾਣ ਲਈ ਤਾਂ ਆਪਣੇ ਬਰਾਮਦ ਕਰਾ ਸਕਦਾ। ਜਦੋਂ ਇਹਨੂੰ ਪੁਲਿਸ ਪਾਰਟੀ ਉੱਥੇ ਲੈ ਕੇ ਪੁੱਜੀ ਆ, ਅਤੇ ਜਦੋਂ ਉਹਨੇ ਪਿਸਤੌਲ ਉੱਥੋਂ ਬਰਾਮਦ ਕਰਾਇਆ, ਇੱਕਦਮ ਪੁਲਿਸ ਪਾਰਟੀ ਦੇ ਨੇ ਜਿਹੜਾ ਪਿਸਤੌਲ ਨਾਲ ਫਾਇਰ ਕੀਤੇ ਨੇ, ਜਿਹੜਾ ਪੁਲਿਸ ਪਾਰਟੀ ਨੇ ਆਪਣੇ ਬਚਾਓ ਦੀ ਖਾਤਰ ਅੱਗੋਂ ਫਾਇਰ ਕੀਤੇ, ਜਦੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਮੇਰੀ ਲੱਤ ਜਿਹੜੀ ਉਹ ਚਲੀ ਗਈ। ਸਰ ਇਹਦਾ ਕੀ ਨਾਮ ਹੈਗਾ ਵਾ? ਅਤੇ ਸੁਖਵਿੰਦਰ ਸਿੰਘ ਕਾਕਾ ਸ਼ਕ। ਇਹਨੂੰ ਸਰ ਕਿੱਥੋਂ ਲੈ ਕੇ ਆਏ ਸੀ ਤੁਸੀਂ? ਇਹਨੂੰ ਅਰੈਸਟ ਕੀਤਾ ਸੀਗਾ ਜੀ ਆਪਣਾ 30 ਤਾਰੀਖ ਜੇਲ੍ਹ ਤੋਂ ਲੈ ਕੇ ਆਏ ਸੀ? ਹਾਂਜੀ। ਅੱਛਾ, ਇਨਫੋਰਮੇਸ਼ਨ 'ਤੇ ਲੈ ਕੇ ਗਏ ਸੀ ਜਿੱਥੇ ਇਹਨੇ ਸੌ ਰੱਖਿਆ ਸੀ? ਹਾਂਜੀ ਹਾਂਜੀ ਹਾਂਜੀ। ਇਹਨੇ ਫਰਦਕ ਸਾਫ ਕੀਤਾ, ਫਰਦਕ ਸਾਫ ਕਿਹਾ ਬਰਾਮਦ ਕੀਤਾ ਜੀ। ਅਤੇ ਸਰ ਕਿੰਨੀ ਕਿੱਥੋਂ ਕਿੱਥੋਂ ਫਰੋਤੀਆਂ ਮੰਗੀਆਂ ਨੇ? ਇੱਕ ਤਾਂ ਆਪਣਾ ਕਿੱਡੀ ਪਿੰਡ ਆ ਜੀ, ਅਤੇ ਇੱਕ ਇੱਥੇ ਡਾਕਟਰ ਨੇ ਸ਼ਹਿਰ 'ਚ ਜਤਿੰਦਰ ਸਿੰਘ ਬਾਠ ਰੋਡ ਦੋਨੋਂ ਤੋਂ। ਸਰ ਇਹਦੇ ਨਾਲ ਕੋਈ ਹੋਰ ਵੀ ਸਾਥੀ ਹੈਗੇ ਜਾਂ ਇਕੱਲੇ? ਇਹਦੇ ਨਾਲ ਹੋਰ ਵੀ 2 ਬੰਦੇ ਹੈਗੇ। ਟੋਟਲ ਕਿੰਨੇ ਫਾਇਰਿੰਗ ਹੋਈ ਜੀ? ਇਹਦੇ 3 ਫਾਇਰ ਇਹਨੇ ਕੀਤੇ ਜੀ, 3 ਹੀ ਹੈਗੇ। ਇੱਕ ਇਹਨਾਂ ਦੇ ਲੱਗਾ? ਇੱਕ ਇਹਨਾਂ ਦੇ ਲੱਗਾ। ਅਤੇ ਕੀ ਕਾਰਵਾਈ ਸਰ ਅੱਗੇ ਚੱਲ ਰਹੀ ਹੈ? FIR ਲੌਜ਼ ਕਰ ਰਹੇ ਇਹਦੇ ਖਿਲਾਫ਼, ਜਿਹੜੀ ਪੁਲਿਸ ਪਾਰਟੀ ਦੇ ਫਾਇਰ ਕੀਤੇ। ਇਹ ਕਿਹੜੇ ਪਿੰਡ 'ਚ ਸਰ ਇਹ ਮਾਮਲਾ ਸਾਰਾ ਹੋਇਆ? ਇਹ ਪਿੱਦੀ ਪਿੰਡ ਦਾ, ਇਹ ਹੈਗਾ ਜੀ ਭੁੱਲਰਾਂ ਦਾ, ਭੁੱਲਰਾਂ ਨਹਿਰ ਦੇ ਉੱਪਰ, ਭੁੱਲਰ ਪਿੰਡ ਦਾ ਏਰੀਆ।